ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਟੁਡੇ ਮੈਂ ਹਾਂ ਤੁਹਾਡੇ ਨਾਲ ਪੂਜਾ ਵਰਮਾ ਤੇ ਖਬਰ ਜਿਹੜੀ ਹੈ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਲੁਧਿਆਣਾ ਦੇ ਵਿੱਚ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਦੇ ਵਿੱਚ ਅੱਜ ਸਵੇਰੇ ਕੁਝ ਸ਼ੱਕੀ ਨੌਜਵਾਨ ਕੁੜੀਆਂ ਦੇ ਹੋਸਟਲ ਦੇ ਵਿੱਚ ਜ਼ਬਰਦਸਤੀ ਘੁਸ ਗਏ ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਦੇ ਕੋਲ ਕੁਝ ਹਥਿਆਰ ਵੀ ਸੀ ਹੋਸਟਲ ਦੇ ਵਿੱਚ ਜਿਹੜੇ ਨੌਜਵਾਨ ਗਏ ਨੇ ਉਹਨਾਂ ਨੇ ਕੁੜੀਆਂ ਦੇ ਨਾਲ ਕੁੱਟਮਾਰ ਵੀ ਕੀਤੀ ਹੈ ਜਿਸ ਤੋਂ ਬਾਅਦ ਹੁਣ ਵਿਦਿਆਰਥਣਾਂ ਨੇ ਸ਼ੋਰ ਮਚਾਇਆ ਤੇ ਆਸ-ਪਾਸ ਦੇ ਸੁਰੱਖਿਆ ਜਿਹੜੇ ਮੁਲਾਜ਼ਮ ਸੀਗੇ ਉਹ ਇਕੱਠੇ ਹੋ ਗਏ ਲੋਕਾਂ ਦੀ ਭੀੜ ਨੂੰ ਵੇਖਦੇ ਹੋਏ ਜਿਹੜੇ ਹਮਲਾਵਰ ਹੈ ਉਹ ਮੌਕੇ ਤੋਂ ਫਰਾਰ ਹੋ ਗਏ ਇਸ ਘਟਨਾ ਤੋਂ ਬਾਅਦ ਕਾਲਜ ਦੇ ਵਿੱਚ ਵਿਦਿਆਰਥਣਾਂ ਨੂੰ ਸੁਰੱਖਿਆ ਪ੍ਰਬੰਧਾਂ ਦੇ ਵਿੱਚ ਢੀਲ ਵਰਤੇ ਜਾਣ ਦੇ ਕਾਰਨ ਕਾਲਜ ਪ੍ਰਸ਼ਾਸਨ ਦੇ ਖਿਲਾਫ ਧਰਨਾ ਲਗਾਇਆ ਹੈ ਕਾਲਜ ਦੇ ਵਿੱਚ ਸ਼ੋਰ ਸ਼ਰਾਬਾ ਸੁਣ ਇਲਾਕਾ ਪੁਲਿਸ ਨੂੰ ਵੀ ਇਤਲਾਹ ਦਿੱਤੀ ਗਈ ਥਾਣਾ ਮੋਤੀ ਨਗਰ ਦੀ ਪੁਲਿਸ ਮੌਕੇ ਤੇ ਪਹੁੰਚੀ ਫਿਲਹਾਲ ਕਾਲਜ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਤੇ ਚੁੱਪੀ ਸਾਧੀ ਗਈ ਹੈ ਉੱਥੇ SHO ਜਗਦੀਪ ਸਿੰਘ ਗਿੱਲ ਨੇ ਦੱਸਿਆ ਕਿ ਮੌਕੇ ਤੇ ਪੁਲਿਸ ਬਲ ਕਾਲਜ ਦੇ ਵਿੱਚ ਤੈਨਾਤ ਕਰ ਦਿੱਤਾ ਗਿਆ ਫਿਲਹਾਲ ਹਾਲੇ ਤੱਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਪਤਾ ਲੱਗਿਆ ਕਿ ਉਹ ਨੌਜਵਾਨ ਕੌਣ ਸੀਗੇ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਮਾਮਲਾ ਸਾਫ਼ ਹੋ ਪਾਏਗਾ ਇਲਾਕਾ ਪੁਲਿਸ ਕਾਲਜ ਪਰਿਸਰ ਹੋਸਟਲ ਤੇ ਜਿੰਨੇ ਵੀ CCTV ਕੈਮਰੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਪੁਲਿਸ ਮੁਤਾਬਿਕ ਜੇਕਰ ਕੋਈ ਵੀ ਇਸ ਮਾਮਲੇ ਦੇ ਵਿੱਚ ਗਲਤ ਪਾਇਆ ਗਿਆ ਤੇ ਤੁਰੰਤ ਉਸ ਦੇ ਖਿਲਾਫ ਐਕਸ਼ਨ ਲਿੱਤਾ ਜਾਏਗਾ ਤੇ ਲਗਾਤਾਰ ਇਸ ਤਰ੍ਹਾਂ ਦੀ ਹਰਕਤਾਂ ਜਿਹੜੀ ਹੈ ਉਹ ਸਾਹਮਣੇ ਆਉਂਦੀਆਂ ਵੀ ਰਹੀਆਂ ਨੇ ਖਾਸ ਕਰ ਕੱਲ ਹੋਲੀ ਦਾ ਮੌਕਾ ਸੀਗਾ ਤੇ ਉੱਥੇ ਵੀ ਜਿਹੜੀ ਹੈ ਇਸ ਤਰੀਕੇ ਦੇ ਕੁਝ ਅਲੱਗ-ਅਲੱਗ ਥਾਵਾਂ ਤੇ ਘਟਨਾਵਾਂ ਸਾਹਮਣੇ ਆਈਆਂ ਨੇ ਲੇਕਿਨ ਵਿਮਨ ਹੋਸਟਲ ਦੇ ਵਿੱਚ ਜਾ ਕੇ ਇਸ ਤਰੀਕੇ ਦੇ ਨਾਲ ਗੁੰਡਾਗਰਦੀ ਕਰਨਾ ਕਿਤੇ ਨਾ ਕਿਤੇ ਸਵਾਲ ਖੜਾ ਕਰਦਾ ਹੈ ਕਾਲਜ ਪ੍ਰਸ਼ਾਸਨ ਦੀ ਸਿਕਿਉਰਿਟੀ ਤੇ ਉਹਨਾਂ ਦੇ ਸੁਰੱਖਿਆ ਦੇ ਜਿਹੜੇ ਪ੍ਰਬੰਧ ਹੈ ਤੁਹਾਡਾ ਕ੍ਰਾਈਮ ਇਸ ਤਰ੍ਹਾਂ ਦਾ ਅੱਛਾ ਜੀ ਨਹੀਂ ਬਾਹਰ ਸਕਿਉਰਟੀ ਗਾਰਡ ਖੜੇ ਆ ਉਹਨਾਂ ਵੱਲੋਂ ਰੋਕਿਆ ਵੀ ਨਹੀਂ ਗਿਆ ਜਾਂ ਉਹ ਜ਼ਬਰਦਸਤੀ ਆਏ ਆ ਉਹਨਾਂ ਨਾਲ ਵੀ ਲੜ ਪੜ ਕੇ ਅੰਦਰ ਆ ਗਏ ਚੱਕਰ ਹੈ ਨਾ ਇਹ ਤੇ ਪਤਾ ਨਹੀਂ ਕਿੱਥੋਂ ਆਏ ਕਿੱਦਾਂ ਨਹੀਂ ਆਏ ਨਹੀਂ ਤੁਹਾਡਾ ਕੀ ਕਹਿਣਾ ਕਿ ਮਿਲੀ ਭੁਗਤਾ ਜਾਂ ਕੀ ਗੱਲਬਾਤ ਹੈ ਸਰ ਹੁਣ ਇਨਵੈਸਟੀਗੇਸ਼ਨ ਤੇ ਪਤਾ ਲੱਗੇਗਾ ਪਰ ਇਹ ਜਿੱਦਾਂ ਦਾ ਵੀ ਕਾਲਜ ਦੇ 2-3 ਮਹੀਨੇ ਪਹਿਲਾਂ ਵੀ ਅੱਜ ਇੱਕ ਵਾਰੀ ਹੋਇਆ ਸੀਗਾ ਹਾਂਜੀ ਉਦੋਂ ਕਾਲਜ ਦੇ ਮੈਨੇਜਮੈਂਟ ਵੱਲੋਂ ਇਹ ਤਾਂ ਕਹਿ ਦਿੱਤਾ ਗਿਆ ਕਿ ਇਹ ਸਭ ਕੁਝ ਨਹੀਂ ਅੰਦਰ ਬਾਹਰੋਂ ਕੋਈ ਵੀ ਨਹੀਂ ਆਇਆ ਜਿਹੜਾ ਇਹ ਧਰਨਾ ਪ੍ਰਦਰਸ਼ਨ ਕਰਨ ਦੀ ਤਿਆਰੀ ਹੋ ਰਹੀ ਹੈ ਉਸ ਮਾਮਲੇ ਦੇ ਵਿੱਚ ਹੀ ਹੋ ਰਹੀ ਹੈ ਮਾਮਲੇ ਦੇ ਵਿੱਚ ਹੀ ਹੋ ਰਹੀ ਹੈ ਕਿ ਜਿਹੜਾ ਲੇਡੀਜ਼ ਇੱਥੇ ਸੇਫ ਨਹੀਂ ਹੈਗੀ ਕਿਉਂਕਿ ਹੈ ਨਾ ਬਾਹਰ ਦਾ ਬੰਦਾ ਜਿਹੜਾ ਅੰਦਰ ਆ ਗਿਆ ਬਿਲਕੁਲ ਤੇ ਇਹਦਾ ਮਤਲਬ ਕੋਈ ਮਿਲੀ ਭਗਤ ਬਿਲਕੁਲ ਬਾਹਰ ਦਾ ਕਿੱਦਾਂ ਇੰਨੀ ਕੁ ਪਹਿਲਾਂ ਵੀ ਜੇ ਆਪਣੇ ਨਾਲ ਇੱਦਾਂ ਦਾ ਇੰਸੀਡੈਂਟ ਹੋ ਚੁੱਕਿਆ ਤਾਂ ਦੁਬਾਰਾ ਆਪਾਂ ਨੂੰ ਕਾਲਜ ਵਾਲਿਆਂ ਨੂੰ ਦੁਬਾਰਾ ਉਹ ਚੀਜ਼ ਨੂੰ ਦੁਬਾਰਾ ਸਤਰ ਕੀ ਮੰਗ ਕਰਦੇ ਹੋ ਮੰਗ ਇਹ ਕਰਦੇ ਕਿ ਕਾਲਜ ਦੇ ਵਿੱਚ ਜਿਹੜੀ ਸਿਕਿਉਰਿਟੀ ਨੇ ਉਹ ਤਾਂ ਬਿਲਕੁਲ ਜ਼ਿਆਦਾ ਟਾਈਟ ਕੀਤੀ ਜਾਵੇ ਕਿ ਗਰਲਜ਼ ਹੋਸਟਲ ਦੇ ਵਿੱਚ ਜਾਂ ਬੋਇਜ਼ ਹੋਸਟਲ ਦੇ ਵਿੱਚ ਦੋਨਾਂ 'ਤੇ ਜਿਹੜੀ ਸਿਕਿਉਰਿਟੀ ਉਹ ਥੋੜ੍ਹੇ ਇਨਕਰੀਜ਼ ਕੀਤੀ ਜਾਵੇ ਅਤੇ ਜਿਹੜਾ ਹੁਣ ਇਹ ਕੇਸ ਹੋ ਚੁੱਕਿਆ ਉਹ ਜਿਹੜਾ ਕ੍ਰਿਮੀਨਲ ਹੈਗਾ ਜੋ ਵੀ ਜਿਹਨੇ ਵੀ ਇੱਦਾਂ ਦਾ ਕੋਈ ਹਰਕਤ ਕੀਤੀ ਹੈ ਇਹ ਕੋਈ ਬੰਦੇ ਫੜੇ ਵੀ ਗਏ ਆ ਮੁੰਡੇ ਫੜੇ ਗਏ ਆ ਕੋਈ ਆ ਮੌਕੇ ਤੋਂ ਹੀ ਫਰਾਰ ਹੋ ਗਏ ਫਰਾਰ ਹੋ ਗਏ ਹਾਲੇ ਤੱਕ ਤਾਂ ਕੋਈ ਨਹੀਂ ਪਤਾ ਲੱਗਿਆ ਕਿ ਜਿਹੜਾ ਕੁੱਟਮਾਰ ਵੀ ਕੀਤੀ ਗਈ ਆ ਕੁੜੀਆਂ ਨਾਲ ਕੋਈ ਕੁੱਟਮਾਰ ਵੀ ਹੋਈ ਆ ਕਿਸੇ ਨਾਲ ਨਾ ਹਾਲੇ ਤੱਕ ਕਰਦਾ ਕੁਛ ਵੀ ਨਹੀਂ ਹੈਗਾ ਲੇਕਿਨ ਹਾਂ ਉਹਨੂੰ ਇੱਦਾਂ ਜੋ ਵੀ ਹੈਗਾ ਕਿ ਉਹਨਾਂ ਗਲਤ ਕੀਤਾ ਗਲਤ ਕੀਤਾ ਕਿਸ ਤਰ੍ਹਾਂ ਮਤਲਬ ਬਰੀਫ ਕਰੋ ਕਿ ਕੀ ਗਲਤ ਕੀਤਾ ਵਾ ਕੁੱਟਮਾਰ ਹੋਈ ਹੈ ਤਾਂ ਮਤਲਬ ਜਾਂ ਕੋਈ ਹੱਥੋਂ ਪਾਈ ਵਗੈਰਾ ਹੋਈ ਆ ਹੱਥੋਂ ਪਾਈ ਕੀ ਹੋਈ ਜਦੋਂ ਜੋ ਵੀ ਸੀਗਾ ਬੰਦਾ ਉਹ ਉਸ ਕੁੜੀ ਦੇ ਰੂਮ 'ਚ ਅੰਦਰ ਗਿਆ ਅੱਛਾ ਰੂਮ 'ਚ ਗਿਆ ਹਾਂ ਅਤੇ ਉੱਥੇ ਅੰਦਰ ਜਾ ਕੇ ਅਤੇ ਉਹਨੂੰ ਉਹਨੇ ਇੱਦਾਂ ਹਰਾਸ ਕਰਨ ਦੀ ਕੋਸ਼ਿਸ਼ ਕੀਤੀ ਮਤਲਬ ਜ਼ਬਰਦਸਤੀ ਜ਼ਬਰਦਸਤੀ ਤਾਂ ਨਹੀਂ ਹਰਾਸ ਕਰਨ ਦੀ ਕੋਸ਼ਿਸ਼ ਕੀਤੀ ਮਤਲਬ ਉਹਨੂੰ ਕਿ ਇੱਦਾਂ ਅਟੈਂਪਟ ਮਰਡਰ ਟਾਈਪ ਦਾ ਕੁਛ ਕਰਨ ਦੀ ਕੋਸ਼ਿਸ਼ ਓਕੇ ਇਸ ਚੀਜ਼ ਦਾ ਪਤਾ ਕਦੋਂ ਲੱਗਿਆ ਜੀ ਸਰ ਇਸ ਚੀਜ਼ ਦਾ ਨਾਲ ਹੀ ਜਦੋਂ ਬਾਹਰ ਆ ਕੇ ਉਹਨਾਂ ਨੇ ਚਿੱਕਾ ਚੁੱਕਾ ਮਾਰਨੀ ਸ਼ੁਰੂ ਕਰਤੀ ਹੈ ਅਤੇ ਇਹ ਅੱਜ ਸਵੇਰ ਦੀ ਗੱਲ ਹੈ ਜੀ ਅਤੇ ਇਹ ਮੌਕੇ 'ਤੇ ਕੋਈ ਪੁਲਿਸ ਵਗੈਰਾ ਜਿਹੜਾ ਹੁਣ ਤੁਸੀਂ ਧਰਨਾ ਕਰ ਰਹੇ ਹੋ ਪ੍ਰੋਟੈਸਟ ਕਰ ਰਹੇ ਹੋ ਇਹ ਅਸੀਂ ਮੈਨੇਜਮੈਂਟ ਦੇ ਖਿਲਾਫ ਕਰ ਰਹੇ ਹਾਂ ਕਿਉਂਕਿ ਇਹ ਇੱਦਾਂ ਦੇ ਕਾਰਨ ਜੇ ਪਹਿਲਾਂ ਇੱਦਾਂ ਦਾ ਹੋ ਚੁੱਕਿਆ ਤੇ ਮੈਨੇਜਮੈਂਟ ਕਿਉਂ ਨਹੀਂ ਉਸ ਤੇ ਐਕਸ਼ਨ ਕੋਈ ਲਿਆ ਹਾਂਜੀ ਭਾਜੀ ਕੀ ਨਾਮ ਹੈ ਜੀ ਤੁਹਾਡਾ ਜਗਵੀਰ ਸਿੰਘ ਹੈ ਜੀ ਭਾਈ ਕੀ ਗੱਲ ਆ ਆਪਾਂ ਡੈਂਟਲ ਕਾਲਜ ਦੇ ਬਾਹਰ ਖੜੇ ਆ ਕਾਫੀ ਟਾਈਮ ਤੋਂ ਕੀ ਦਿੱਕਤ ਆ ਕੁਝ ਵੀਰੇ ਪਤਾ ਕੀ ਆ ਜੀ ਸਵੇਰ ਫੋਨ ਕੀਤਾ ਇਹਨਾਂ ਨੂੰ ਹਾਂਜੀ ਤੇ ਕਿੰਨੇ ਵਜੇ ਕੀਤਾ ਭਾਜੀ ਆਪਾਂ ਜੀ 9:30 ਤਕਰੀਬਨ 9:30 ਕੀਤਾ ਕਹਿੰਦੇ ਆ ਜਿਓ ਆਪਾਂ ਨੂੰ ਘੱਟੋ ਘੱਟ 6 ਮਹੀਨੇ ਹੋ ਗਏ ਗੇੜੇ ਲਾਉਂਦੇ ਅੱਛਾ ਜੀ ਠੀਕ ਆ ਤੇ ਹੁਣ ਆ ਕੇ ਗੇਟ ਬੰਦ ਕਰਤਾ ਐਂਟਰੀ ਨਹੀਂ ਕਰ ਰਹੇ ਅੰਦਰ ਗੱਲ ਕਰੀ ਨਹੀਂ ਉਹੀ ਆ 2 ਦਿਨ ਬਾਅਦ ਛੁੱਟੀ ਮਾਦੀ ਹਾਂ ਕੱਲ ਅੰਦਰ ਆ ਵੀਰੇ ਸਟਾਫ ਜਮਾ ਹੀ ਅਕਲ ਐ ਨਹੀਂ ਬੋਲਣ ਦੀ ਇਹਨਾਂ ਨੂੰ ਅੰਦਰੋਂ ਫੋਨ ਆਇਆ ਮੈਂ ਗੱਲ ਕਰ ਲਓ ਤੇ ਇੱਥੇ ਸਟਾਫ ਇਹਨਾਂ ਨੇ ਕਿਸ ਤਰ੍ਹਾਂ ਦਾ ਕੀ ਤੁਹਾਡੇ ਸੁਣਦੇ ਹੀ ਨਹੀਂ ਗੱਲ ਤੇ ਤੁਸੀਂ ਹੁਣ ਕਿੰਨੀ ਕੁ ਦੇਰ ਤੋਂ ਖੜੇ ਹੋ ਅੱਜ ਅੱਧਾ ਘੰਟਾ ਹੋ ਗਿਆ ਤੁਸੀਂ ਫੋਨ ਕਰ ਰਹੇ ਸੀ ਅੰਦਰੋਂ ਹੀ ਫੋਨ ਆਇਆ ਇੱਕ ਮਿੰਟ ਅੰਦਰੋਂ ਫੋਨ ਆਇਆ ਜੀ ਹੈਲੋ ਕਰੋ ਗੱਲ ਕਰੋ ਗੱਲ ਹੈਲੋ ਸਤਿ ਸ਼੍ਰੀ ਅਕਾਲ ਮੈਮ
ਪ੍ਰਵੇਸ਼ ਸ਼ਰਮਾ ਸਰ ਪਤਾ ਲੱਗਿਆ ਕੀ ਕਾਰਨ ਆ ਕਰਕੇ ਗੇਟ ਬੰਦ ਕੀਤਾ ਕੁਛ ਨਹੀਂ ਕੁਛ ਦੱਸ ਹੀ ਨਹੀਂ ਰਹੇ ਜੀ ਸਰ ਕੀ ਸਿਕਿਉਰਟੀ ਗਾਰਡ ਨੂੰ ਤੁਸੀਂ ਪੁੱਛਿਆ ਉਹਨਾਂ ਦਾ ਕਹਿਣਾ ਕੀ ਸੀਗਾ ਸਿਕਿਉਰਟੀ ਗਾਰਡ ਕਹਿ ਰਹੇ ਜੀ ਅੱਜ ਬੰਦ ਆ ਉਹ ਪੜੀ ਅੱਜ ਨਹੀਂ ਖੁੱਲਣੀ ਕੱਲ੍ਹ ਆਇਆ ਬੋਲੀ ਤਾਂ ਕੱਲ੍ਹ ਸੀਗੀ ਅੱਜ ਜਦ ਕਿ ਸਾਨੂੰ ਅੱਜ ਦੀ ਅਪੁਆਇੰਟਮੈਂਟ ਵੀ ਦਿੱਤੀ ਹੋਈ ਹੈ 11 ਵਜੇ ਦੀ ਜੀ 11 ਵਜੇ ਪਹਿਲਾਂ ਦੇ ਆ ਕੇ ਖੜੇ ਹੋਏ ਪਰ ਹੁਣ ਗੇਟ ਉਹਨਾਂ ਦਾ ਕਹਿਣਾ ਕਾਲ ਕੀਤੀ ਸੀ ਇਹਨਾਂ ਦੇ ਨੰਬਰ ਦੇ ਉੱਤੇ ਉਹ ਕਹਿੰਦੇ ਜੀ ਅੱਜ ਸਾਡੀ ਓਪੜੀ ਬੰਦ ਤੁਸੀਂ ਕੱਲ੍ਹ ਆਇਓ ਤੇ ਤੁਸੀਂ ਕਿਹਾ ਨਹੀਂ ਵੀ ਪਹਿਲਾਂ ਤੁਸੀਂ ਬਿਲਕੁਲ ਉਹਨਾਂ ਨੂੰ ਕਿਹਾ ਜੀ ਉਹ ਕਹਿੰਦੇ ਸਾਨੂੰ ਖੁਦ ਨਹੀਂ ਪਤਾ ਸੀ ਕਿ ਅੱਜ ਬੰਦ ਹੋਣਾ ਹਸਪਤਾਲ 15 ਕਿਲੋਮੀਟਰ ਤੋਂ ਚੱਲ ਕੇ ਆਏ ਤੇ ਅੱਜ ਇੱਥੇ ਆ ਕੇ ਹੁਣ ਕਹਿੰਦੇ ਆ ਕਿ ਬੰਦ ਹੈ ਅੱਛਾ ਜੀ ਕੋਈ ਵੈਸੇ ਕਾਰਨ ਕੁਰਨ ਇਹਨਾਂ ਨੇ ਦੱਸਿਆ ਵੀ ਕੁਛ ਨਹੀਂ ਦੱਸਦੇ ਜੀ ਕਾਰਨ ਕੋਈ ਨਹੀਂ ਸਰ ਹੁਣ ਦੇਖ ਲਓ ਪਬਲਿਕ ਕਾਫੀ ਖੜੀ ਹੈ ਸਾਰੀ ਪਰੇਸ਼ਾਨ ਹੋ ਰਹੀ ਹੈ ਬਿਲਕੁਲ ਸਰ ਪਰੇਸ਼ਾਨੀ ਜੀ 15 ਕਿਲੋਮੀਟਰ ਚੱਲ ਕੇ ਆਏ ਬੱਚੇ ਦਾ ਸਕੂਲ ਹੈ ਸਕੂਲ ਛੱਡ ਕੇ ਲੈ ਕੇ ਆਏ ਆ ਬੱਚੇ ਨੂੰ ਜੀ ਬੱਚਾ ਸਕੂਲ ਡਰੈਸ ਦੇ ਵਿੱਚ ਹੈ ਜੀ ਬਿਲਕੁਲ ਤੇ ਉਹ ਰੋਜ਼ ਉਹਦਾ ਸਕੂਲ ਕਿਸ ਤਰ੍ਹਾਂ ਅਸੀਂ ਮਿਸ ਕਰਾਵਾਂਗੇ ਠੀਕ ਹੈ ਸਰ ਪੂਰਾ ਮਾਮਲਾ ਕੀ ਹੈ ਥੋੜਾ ਬਰੀਫ ਕਰੋਗੇ ਇੱਕ ਅੱਜ ਸਵੇਰੇ ਕੋਲ ਆਈ ਹੈ ਕਿ ਬਾਬਾ ਡੈਂਟਲ ਕਾਲਜ ਦੇ ਵਿੱਚ ਥੋੜਾ ਥੱਲੇ ਕਰ ਲਓ ਲੋਗੋ ਬਾਬਾ ਡੈਂਟਲ ਕਾਲਜ ਦੇ ਵਿੱਚ ਗੱਲ ਹੋਸਟਲ ਆਇਆ ਉੱਥੇ ਕੋਈ ਮੁੰਡਾ ਘੁਸ ਗਿਆ ਅੰਦਰ ਉਹਨੇ ਕੁੜੀ ਦੇ ਗਰਦਨ 'ਤੇ ਰੱਖ ਕੇ ਕੋਈ ਅਟੈਂਪਟ ਕੀਤਾ ਗਰਦਨ 'ਤੇ ਚਾਕੂ ਰੱਖ ਕੇ ਅਟੈਂਪਟ ਕੀਤਾ ਅਸੀਂ ਇੱਥੇ ਪਹੁੰਚ ਗਏ ਹਾਂ ਬੇਟੀ ਦੇ ਲੜਕੀ ਦੇ ਬਿਆਨ ਲਿਖ ਲਏ ਅਸੀਂ ਪਰਚਾ ਦਰਜ ਕਰਕੇ ਕਾਰਵਾਈ ਕਰ ਰਹੇ ਹਾਂ CCTV ਵਗੈਰਾ ਦੇਖ ਰਹੇ ਹਾਂ ਬੱਚਿਆਂ ਦੇ ਇਹ ਕੰਸਰਨ ਨੇ ਜਿਹੜੇ ਇੱਥੇ ਪੜ੍ਹ ਰਹੇ ਨੇ ਵੀ ਪਹਿਲਾਂ ਵੀ ਇੱਕ ਅੱਧੀ ਵਾਰ ਸ਼ਾਇਦ ਇਹਨਾਂ ਇੱਦਾਂ ਦੀ ਇੰਸੀਡੈਂਟ ਹੋਈ ਹੈ ਪਰ ਉਹ ਰਿਪੋਰਟ ਨਹੀਂ ਹੋਈ ਹੈਗੀ ਅਤੇ ਇਹਨਾਂ ਦੇ ਹੋਰ ਕਈ ਸਿਕਿਉਰਿਟੀ ਕੰਸਰਨ ਹੈਗੇ ਨੇ ਜਿਨ੍ਹਾਂ ਕਰਕੇ ਅੱਜ ਇੱਥੇ ਬੈਠੇ ਸੀਗੇ ਇਹਨਾਂ ਨਾਲ ਗੱਲ ਕਰਕੇ ਅਤੇ ਕਾਲਜ ਦੀ ਮੈਨੇਜਮੈਂਟ ਅਤੇ VC ਸਾਹਿਬ ਨਾਲ ਗੱਲ ਕਰਕੇ ਇਹਨਾਂ ਦੇ ਇਹ ਸਾਰੇ ਜੋ ਵੀ ਕੰਸਰਨ ਨੇ ਉਹ ਸੋਲਵ ਕਰਵਾ ਰਹੇ ਹਾਂ ਠੀਕ ਹੈ ਜੀ ਅੱਛਾ ਜਿਹੜਾ ਜਿਹੜਾ ਆਰੋਪੀ ਹੈ ਉਹ ਉਹਦੀ ਭਾਲ ਕਰ ਰਹੇ ਹੋ ਹਾਂਜੀ ਹਾਂਜੀ ਬਿਲਕੁਲ ਉਹ CCTV ਆ ਗਈ ਹੈ ਸਾਡੇ ਕੋਲ ਉਹ ਦੇਖ ਰਹੇ ਹਾਂ ਉਹ ਹੋ ਜਾਊਗਾ ਆਈਡੈਂਟੀਫਾਈ ਹੋ ਜਾਊਗਾ ਕੋਈ ਵਿਦਿਆਰਥਣ ਦੇ ਨਾਲ ਕੋਈ ਛੇੜਖਾਨੀ ਹੋਈ ਹੈ ਜਾਂ ਇੱਦਾਂ ਦਾ ਕੋਈ ਅਟੈਂਪਟ ਹੋਇਆ ਅਟੈਂਪਟ ਹੋਇਆ ਹਾਂਜੀ ਇਹ ਵੀਡੀਓ CCTV ਦੇ ਵਿੱਚ ਹੈਗੀ ਹੈ ਉਹ 7-8 ਮਿੰਟ ਦਾ ਟਾਈਮ ਹੈਗਾ ਐਂਟਰ ਕਰਦਾ ਹੋਸਟਲ 'ਚ ਅਤੇ ਬਾਹਰ ਜਾਂਦਾ ਹੈ 7-8 ਮਿੰਟ ਦਾ ਹੀ ਟਾਈਮ ਸਪੈਮ ਹੈ ਜਿਹਦੇ ਵਿੱਚ ਉਹ ਹੋਸਟਲ ਦੇ ਵਿੱਚ ਰਿਹਾ ਠੀਕ ਹੈ ਲੜਕੀ ਜ਼ਖਮੀ ਹੋਈ ਹੈ ਨਹੀਂ ਜ਼ਖਮੀ ਨਹੀਂ ਹੋਈ ਹੈਗੀ ਠੀਕ ਹੈ ਉਹਦੇ ਪੇਰੈਂਟਸ ਆ ਗਏ ਨੇ ਆਰਾਮ ਨਾਲ ਉਹ ਜਾ ਰਹੀ ਹੈ ਘਰ ਸਕਰੈਚ ਜਾਂ ਦਿਖਿਆ ਸਾਨੂੰ ਬਾਕੀ ਉਹਦਾ ਮੈਡੀਕਲ ਕਰਵਾ ਲਾਂਗੇ ਜੇ ਕੋਈ ਸੱਟ ਵਾਲੀ ਗੱਲ ਹੈ ਜਾਂ ਇਹੋ ਜਿਹੀ ਗੱਲ ਹੈ ਉਹਦਾ ਮੈਡੀਕਲ ਕਰਵਾ ਲਾਂਗੇ ਠੀਕ ਹੈ ਜੀ ਤੁਸੀਂ ਬਣੇ ਰਹੋ ਪੰਜਾਬ ਟੁਡੇ ਦੇ ਨਾਲ ਸਤਿ ਸ਼੍ਰੀ ਅਕਾਲ